ਕਿ ਜਿਵੇਂ ਉਹ ਮੈਨੂੰ ਆ ਕੇ ਮਿਲਿਆ, ਮੈਨੂੰ ਲੱਗਿਆ ਮੇਰਾ ਪੁੱਤ ਮਿਲਿਆ। ਉਸ ਪਰਿਸ਼ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ। ਉਹ ਸ਼ੂਟ ਸੀ, ਫਿਲਮਾਂ ਬਣਦੀਆਂ ਰਹਿੰਦੀਆਂ ਨੇ, ਇਹ ਐਕਟ ਵੀ ਚੱਲਦਾ ਹੀ ਰਹਿੰਦਾ ਹੁੰਦਾ ਅਤੇ ਬਹੁਤ ਜਾਲੀ ਜਿਹਾ ਹੀ ਹੁੰਦਾ। ਇਹੋ ਜਿਹੀਆਂ ਜੱਫੀਆਂ ਆਰਟਿਸਟ ਪਾਉਂਦੇ ਨਹੀਂ ਹੁੰਦੇ। ਪਤਾ ਨਹੀਂ ਕਿੱਦਾਂ ਦੀ ਉਹਦੇ 'ਚ ਅਪਣੱਤ ਸੀ, ਕਿਸ ਤਰ੍ਹਾਂ ਦਾ ਵਿਚਾਰ ਸੀ, ਕਿਸ ਤਰ੍ਹਾਂ ਦਾ ਉਹ ਬੰਦਾ ਸੀ। ਅੱਜ ਵਰਗਾ ਭਾਗਾ ਵਾਲਾ ਦਿਨ ਗੁਰੂ ਮਹਾਰਾਜ ਦੀ ਅਪਾਰ 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 ਕਿਰਪਾ ਤੋਂ ਬਿਨਾਂ ਨਸੀਬ ਹੋਣਾ ਸੰਭਵ ਨਹੀਂ। ਇਹ ਸੱਚੇ ਪਾਤਸ਼ਾਹ ਜੀ ਦੇ ਕੌਤਕ ਨੇ, ਜੋ ਜੋ ਉਹਨਾਂ ਨੇ ਰਚਾਏ ਨੇ, ਆਪ ਹੀ ਉਹਨਾਂ ਨੂੰ ਪ੍ਰਵਾਨਗੀਆਂ ਦੇ ਕੇ ਉਸੇ ਤਰ੍ਹਾਂ ਮੋੜ ਕੇ ਮੇਰੀ ਭੈਣ ਦੀ ਝੋਲੀ ਭਰ ਕੇ, ਮੇਰੇ ਭਰਾ ਦਾ ਸਿਰ ਪਲੋਸ ਕੇ, ਥਾਪੜਾ ਦੇ ਕੇ ਗੁਰੂ ਮਹਾਰਾਜ ਨੇ ਗੋਦ ਭਰ ਦਿੱਤੀ ਹੈ। ਪਤਾ ਨਹੀਂ ਕਿੰਨੇ ਲੋਕਾਂ ਨੇ ਅੱਖਾਂ ਬੰਦ ਕਰਕੇ ਅਰਦਾਸ ਕੀਤੀ ਹੋਣੀ ਹੈ, ਦਿਲੋਂ ਚਾਹਿਆ ਹੋਣਾ, ਜੋ ਬਾਬਾ ਜੀ ਨੂੰ ਵੀ ਸੋਚਣਾ ਪਿਆ। ਸੋ ਬਹੁਤ ਹੀ ਸੁਭਾਗਾ ਦਿਨ ਹੈ ਉਹ, ਜਿੱਦਣ ਉਹ ਬੱਚਾ ਮਾਂ ਦੀ ਗੋਦ 'ਚ ਆਇਆ, ਸਾਡਾ ਪੁੱਤ, ਸਾਡਾ ਵੀਰ। ਅਤੇ ਮੇਰੀ ਉਹਦੇ ਨਾਲ ਇੱਕ ਵੱਖਰੀ ਜਿਹੀ ਸਾਂਝ ਬਣੀ ਸੀ। ਟਿੱਬਿਆਂ ਦਾ ਪੁੱਤ ਗੀਤ ਸ਼ੂਟ ਕਰਨ ਲਈ ਮੈਂ ਪਿੰਡ ਗਈ ਸੀ ਮੂਸੇ ਵਾਲ। ਜਦੋਂ ਉਹ ਮੈਨੂੰ ਮਿਲਿਆ, ਮੈਂ ਉਸ ਸਪਰਸ਼ ਨੂੰ, ਪਤਾ ਨਹੀਂ ਉਹ ਵੀ ਇਸ ਤਰ੍ਹਾਂ ਆ ਕੇ ਮੈਨੂੰ ਕਿਉਂ ਮਿਲਿਆ, ਇੰਨਾ ਮੈਂ ਜਾਣਦੀ ਵੀ ਨਹੀਂ ਸੀ ਆਪਸ ਵਿੱਚ, ਲੇਕਿਨ ਉਹਦੇ ਮਿਲਣ ਦਾ ਅੰਦਾਜ਼ ਹੀ ਹੋਰ ਸੀ। ਜਿਵੇਂ ਸੱਚੀ ਮੁੱਚੀ ਮੈਂ ਸੱਚ ਕਹਿੰਦੀ ਹੁੰਦੀ ਹਾਂ, ਮੈਂ ਆਪਦੇ ਬੱਚਿਆਂ ਨੂੰ ਵੀ ਕਹਿੰਦੀ ਹਾਂ, ਮੈਂ ਕਈ ਵਾਰ ਇੰਟਰਵਿਊ 'ਚ ਗਿਆ, ਕਿ ਜਿਵੇਂ ਉਹ ਮੈਨੂੰ ਆ ਕੇ ਮਿਲਿਆ, ਮੈਨੂੰ ਲੱਗਿਆ ਮੇਰਾ ਪੁੱਤ ਮਿਲਿਆ। ਦੂਰ ਰਹਿੰਦਾ ਮੇਰਾ ਪੁੱਤ ਵੀ ਮੇਰੇ ਤੋਂ, ਅਤੇ ਮੈਨੂੰ ਲੱਗਿਆ ਉਹੀ ਆ ਕੇ ਮੇਰੇ ਗਾਣ ਲੱਗ ਗਿਆ, ਮੇਰਾ ਡੈਡੀ ਹੈ। ਉਸ ਪਰਿਸ਼ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ। ਜਿਸ ਤਰੀਕੇ ਨਾਲ ਉਹ ਸ਼ੂਟ ਸੀ, ਫਿਲਮਾਂ ਬਣਦੀਆਂ ਰਹਿੰਦੀਆਂ ਨੇ, ਇਹ ਐਕਟ ਵੀ ਚੱਲਦਾ ਹੀ ਰਹਿੰਦਾ ਹੁੰਦਾ ਅਤੇ ਬਹੁਤ ਜਾਲੀ ਜਿਹਾ ਹੀ ਹੁੰਦਾ। ਇਹੋ ਜਿਹੀਆਂ ਜੱਫੀਆਂ ਆਰਟਿਸਟ ਪਾਉਂਦੇ ਨਹੀਂ ਹੁੰਦੇ। ਪਤਾ ਨਹੀਂ ਕਿੱਦਾਂ ਦੀ ਉਹਦੇ 'ਚ ਅਪਣੱਤ ਸੀ, ਕਿਸ ਤਰ੍ਹਾਂ ਦਾ ਵਿਚਾਰ ਸੀ, ਕਿਸ ਤਰ੍ਹਾਂ ਦਾ ਉਹ ਬੰਦਾ ਸੀ, ਜੋ ਵਾਹਿਗੁਰੂ ਨੇ ਧਰਤੀ 'ਤੇ ਭੇਜਿਆ ਸੀ ਕਿ ਥੋੜ੍ਹੇ ਸਮੇਂ ਦੇ ਵਿੱਚ ਵੀ ਸਾਰੀ ਉਮਰ ਦੀ ਯਾਦ ਵਸਾ ਕੇ ਚਲਾ ਗਿਆ। ਜਿੱਥੇ ਗਿਆ ਵਾਹਿਗੁਰੂ ਚਰਨਾਂ ਦੇ ਨਾਲ ਲਾ ਕੇ ਰੱਖਣ, ਜਿਸ ਰੂਪ 'ਚ ਉਹਨੂੰ ਵਾਪਸ ਮੋੜਿਆ, ਉਹਦੀਆਂ ਲੰਮੀਆਂ ਉਮਰਾਂ, ਖੁਸ਼ੀਆਂ ਭਰੀਆਂ, ਆਪਣਾ ਦਾਤਾ ਜੀ ਆਸ਼ੀਰਵਾਦ ਦੇ ਕੇ ਇਹਨਾਂ ਦੀ ਭੁੱਖ ਸੁਲੱਖਣੀ ਕੀਤੀ ਹੈ ਅਤੇ ਉਹਨਾਂ ਦਾ ਜੀਵਨ ਖੁਸ਼ਹਾਲ ਬਣਾਈ। ਇਹੀ ਮੇਰੀ ਅਰਦਾਸ ਹੈ, ਇਹੀ ਮੇਰੀ ਬਲੈਸਿੰਗ ਹੈ ਬੱਚੇ ਦੇ। ਸੋ ਆਪ ਸਾਰੇ ਇੱਥੇ ਜੁੜੇ ਹੋ, ਸਾਰੇ ਆਏ ਹੋ, ਕੋਈ ਕਿਸੇ ਨੂੰ ਖਿੱਚ ਕੇ ਇੱਥੇ ਨਹੀਂ ਲਿਆਇਆ, ਇਹ ਮੂਸੇ ਵਾਲੇ ਦੀ ਖਿੱਚੀ ਤੁਹਾਨੂੰ ਖਿੱਚ ਕੇ ਲਿਆਈ ਹੈ। ਸੋ ਸਾਰੇ ਪਾਸੇ ਆਪਾਂ ਦੇਖਦੇ ਹਾਂ ਰੌਣਕਾਂ ਲੱਗੀਆਂ ਨੇ, ਸਾਰੇ ਖੁਸ਼ ਨੇ ਸਾਰੇ ਪਾਸੇ। ਅਤੇ ਪਾਲ ਸਿੰਘ, ਪਾਲ ਸਿੰਘ ਫੇਕ ਬੰਦਾ ਨਹੀਂ ਹੈ, ਨਕਲੀ ਬੰਦਾ ਨਹੀਂ ਹੈ। ਮੈਂ ਉਹਦੀ ਮਾਂ ਕੋਈ ਮੂੰਹ ਬੋਲੀ ਨਹੀਂ ਹੈਗੀ, ਮੈਨੂੰ ਜਰਾ ਜਰਾ ਉਹਦਾ ਮਾੜਾ ਮਾੜਾ ਪਤਾ ਹੈ। ਜਿੱਥੇ ਮੈਂ ਗੁੱਸਾ ਕਰਨਾ ਹੋਵੇ ਉੱਥੇ ਉਹਨੂੰ ਗੁੱਸੇ ਵੀ ਹੁੰਦੀ ਹਾਂ, ਉਹਨੂੰ ਇਹ ਵੀ ਕਹਿੰਦੀ ਹਾਂ ਕਿ ਨਹੀਂ ਕਹੂੰਗੀ ਤੈਨੂੰ ਇਹ ਗੱਲ, ਹੋਰ ਕਿਸੇ ਨੇ ਨਹੀਂ ਕਹਿਣੀ, ਤੂੰ ਸੁਣ ਲੈ ਬੰਦਾ ਬਣ ਕੇ। ਲੇਕਿਨ ਇੰਨਾ ਵਧੀਆ ਬੰਦਾ, ਇਹ ਵੀ ਗੁਰੂ ਬਖਸ਼ਿਸ਼ ਨਾਲ ਹੀ ਇਸ ਦੁਨੀਆਂ 'ਤੇ ਆਇਆ ਹੋਇਆ, ਇਹ ਸੇਵਾ ਦੀ ਖਾਤਰ ਹੀ ਬਣ ਕੇ ਆਇਆ। ਇੰਨੀਆਂ ਰੌਣਕਾਂ, ਤੁਹਾਡੇ ਤਾਂ ਵਿੱਚ ਰਹਿੰਦਾ ਸਾਰਿਆਂ ਨੇ, ਤੁਹਾਨੂੰ ਸਾਰਿਆਂ ਨੂੰ ਮੇਰੇ ਤੋਂ ਬਿਹਤਰ ਪਤਾ ਇਹਦੇ ਬਾਰੇ, ਲੇਕਿਨ ਮੈਂ ਇਹਦੀ ਗਰੰਟੀ ਕਰਦੀ ਹਾਂ, ਕਿਉਂਕਿ ਮੈਂ ਇਹਨੂੰ ਅੰਦਰੋਂ ਜਾਣਦੀ ਹਾਂ, ਅੰਦਰੋਂ ਬਿਠਾ ਦੂੰ।
ਸੋ ਬਾਬਾ ਜੀ ਦਾ ਇਹ ਵੀ ਬਹੁਤ ਵੱਡਾ ਧੰਨਵਾਦ ਹੈ, ਇਸ ਪਿੰਡ ਦੇ ਲਈ ਇਹ ਬਲੈਸਿੰਗ ਹੈ ਅਤੇ ਸਾਡੇ ਲਈ। ਇਹ ਮੇਰਾ ਪੁੱਤ ਹੈ, ਮੈਨੂੰ ਬਹੁਤ ਪਿਆਰ ਕਰਦੀ ਹੈ, ਇਹਨੂੰ ਬਹੁਤ ਕੁਛ ਸਮਝ ਆਉਂਦੀ ਹੈ, ਗੁੱਸੇ ਵੀ ਹੁੰਦੀ ਹੈ। ਸੋ ਵਾਹਿਗੁਰੂ ਜੀ, ਇਹ ਸਾਰਿਆਂ ਦੇ ਰਿਸ਼ਤੇ ਜਿੰਨੇ ਵੀ ਜੁੜੇ ਨੇ, ਜਿੰਨੇ ਸਾਰੇ ਬੈਠੇ ਨੇ, ਸਾਰਿਆਂ ਦੇ ਨਾਲ ਇਹਦੇ ਰਿਸ਼ਤੇ ਆਪਣੀ ਕਿਸਮ ਦੇ ਨੇ। ਵਾਹਿਗੁਰੂ ਇਹਨੂੰ ਬਹੁਤ ਬੁਲੰਦੀਆਂ ਦੇਵੇ। ਜੋ ਇਹ ਸੋਚਦਾ, ਜੋ ਇਹ ਕਰਨਾ ਚਾਹੁੰਦਾ, ਵਾਹਿਗੁਰੂ ਹੋਰ ਥਾਪੜਾ ਦੇ ਕੇ ਇਹਦੇ ਕੋਲੋਂ ਕਰਵਾਉਣ। ਤੁਹਾਡੇ ਆਲੇ ਦੁਆਲੇ ਹੋ ਰਿਹਾ ਸਾਰਾ ਕੁਛ, ਕਿੱਥੋਂ ਕਿੱਥੋਂ ਦੁਨੀਆ ਚੱਲ ਕੇ ਪਿੰਡ ਸਮਾਓ ਆ ਰਹੀ ਹੈ। ਇਹ ਮੇਲੇ ਇਸੇ ਤਰ੍ਹਾਂ ਲੱਗਦੇ ਰਹਿਣ, ਇਸੇ ਤਰ੍ਹਾਂ ਖੁਸ਼ੀਆਂ ਵਰਤਦੀਆਂ ਰਹਿਣ, ਅਤੇ ਮੈਂ ਵੀ ਜਿੰਨਾ ਚਿਰ ਹੈਗੀ ਹਾਂ ਤੁਰਦੀ ਫਿਰਦੀ ਆਉਂਦੀ ਰਹਾਂ। ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਵੈਲਕਮ, ਬੜਾ ਬੜਾ ਧੰਨਵਾਦ।